ਇਹ ਹੈ ਕਿ ਸਾਡੇ ਵਿਦਿਆਰਥੀ ਉੱਥੇ ਜਿਹੜੇ ਗਏ ਹੋਏ ਨੇ ਸੰਭਾਵੀ ਡਾਕਟਰ ਸਾਡੇ ਉਹ ਹਲੇ ਸੇਫ ਨਹੀਂ ਜਿੰਨਾ ਚਿਰ ਉਹ ਘੱਟੋ ਘੱਟ ਯੂਕਰੇਨ ਦੀ ਸਰਹੱਦ ਤੋਂ ਬਾਹਰ ਨਹੀਂ ਨਿਕਲਦੇ। ਹੁਣ ਹੋਇਆ ਕੀ ਕੱਲ ਖਾਰਕੀਵ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਰੁਕੇ ਹੋਏ ਸੀ ਔਰ ਦੋ ਵੱਡੇ ਸ਼ਹਿਰ ਕੀਵ ਜੋ ਯੂਕਰੇਨ ਦੀ ਰਾਜਧਾਨੀ ਜਿੱਥੇ ਬਹੁਤ ਵੱਡਾ ਕਾਫਲਾ ਕੱਲ ਦੇਖਿਆ ਗਿਆ ਸੀ 65 ਕਿਲੋਮੀਟਰ ਟੈਂਕ ਟਰੱਕ ਰੂਸੀ ਫੌਜ ਜਿਹੜੀ ਹੈ ਉੱਥੇ ਖੜੀ ਹੈ ਤੇ ਉਹਨੇ ਕਹਿਤਾ ਸੀ ਵੀ ਨਿਕਲ ਜਾਓ ਨਹੀਂ ਤਾਂ ਫਿਰ ਅਸੀਂ ਜਿਹੜਾ ਹੈ ਇੱਥੇ ਤਬਾਹੀ ਮਚਾਵਾਂਗੇ। ਇਹ ਗੱਲ ਪਹਿਲਾਂ ਰੂਸੀ ਫੌਜ ਨੇ ਕਹਿਤੀ ਸੀ। ਇਸੇ ਤਰੀਕੇ ਨਾਲ ਦੂਜਾ ਵੱਡਾ ਸ਼ਹਿਰ ਖਾਰਕੀਵ, ਖਾਰਕੀਵ ਦੇ ਵਿੱਚ ਜਿਹੜਾ ਇੱਕ ਵਿਦਿਆਰਥੀ ਨਵੀਨ ਸ਼ੇਖਰੱਪਾ, ਇੱਕ ਕਰਨਾਟਕ ਸੂਬਾ ਉੱਥੋਂ ਦੀ ਹਾਵੇਰੀ ਜ਼ਿਲ੍ਹਾ ਹੈ, ਹਾਵੇਰੀ ਜ਼ਿਲ੍ਹੇ ਦੀ ਚਲਗੋਰੀ ਦਾ ਸੀ ਇਹ ਮੁੰਡਾ। MBBS ਦੇ ਚੌਥੇ ਸਾਲ ਦਾ ਵਿਦਿਆਰਥੀ ਸੀ ਤੇ ਵੈਸੇ ਮੁੰਡਾ ਵਧੀਆ ਸੀ, 4 ਸਾਲ ਹੋ ਗਏ ਸੀ ਉੱਥੇ ਰਹਿੰਦੇ ਨੂੰ, ਸਭ ਪਤਾ ਸੀ ਔਰ ਰਹਿੰਦਾ ਵੀ ਇੱਕ ਪੌਸ਼ ਏਰੀਆ ਹੈ ਖਾਰਕੀਵ ਦਾ, ਉਸ ਏਰੀਆ ਦੇ ਵਿੱਚ ਫਲੈਟ ਲੈ ਕੇ ਰਹਿ ਰਿਹਾ ਸੀ। ਹੁਣ ਜਦੋਂ ਤੁਹਾਨੂੰ ਪਤਾ ਵੀ ਹਾਲਾਤ ਮਾੜੇ ਨੇ, ਖਾਣ ਪੀਣ ਦਾ ਸਮਾਨ ਵੀ ਚਾਹੀਦਾ ਹੈ ਤੇ ਇਸ ਨੇ ਉੱਥੋਂ ਨਿਕਲਣਾ ਵੀ ਸੀ, ਇਸ ਕਰਕੇ ਇਹ ਇੱਕ ਦੁਕਾਨ ਤੇ ਗਿਆ ਕੁਛ ਖਾਣ ਪੀਣ ਦਾ ਸਮਾਨ ਤੇ ਖਾਸ ਤੌਰ ਤੇ ਉਸ ਨੂੰ ਕਰੰਸੀ ਨੂੰ ਬਦਲਣ ਲਈ, ਕਿਉਂਕਿ ਉਸਨੇ ਜਿਹੜੇ ਬਾਰਡਰ ਤੇ ਜਾ ਕੇ ਅਗਲੇ ਪਾਸੇ ਜਿਹੜੀ ਕਰੰਸੀ ਵਰਤਣੀ ਸੀ। ਹੁਣ ਉੱਥੇ ਜਿਹੜਾ ਸਟੋਰ ਜਿੱਥੇ ਗਿਆ, ਬਸ ਗਲਤੀ ਇਹ ਰਹੀ ਕਿ ਉਹ ਸਟੋਰ ਜਿਹੜਾ ਗਵਰਨਰ ਹਾਊਸ ਦੇ ਨੇੜੇ ਸੀ ਤੇ ਜਦੋਂ ਉੱਥੇ ਗਿਆ ਸੀ ਹਲੇ ਲਾਈਨ ਚ ਖੜਾ ਹੀ ਸੀ ਕਿ ਰੂਸੀ ਫੌਜਾਂ ਨੇ ਗਵਰਨਰ ਹਾਊਸ ਨੂੰ ਉਡਾਤਾ ਤੇ ਉਹ ਜਦੋਂ ਗਵਰਨਰ ਹਾਊਸ ਤੇ ਬੰਬ ਡਿੱਗਿਆ ਤੇ ਉਹਦੇ ਵਿੱਚ ਇਹ ਚਪੇਟ ਚ ਆ ਗਿਆ ਤੇ ਇਹਦੀ ਮੌਤ ਹੋ ਗਈ। ਉੱਥੇ ਇੱਕ ਔਰਤ ਨੇ ਦੇਖਿਆ ਕਿ ਇਹਦਾ ਮੋਬਾਈਲ ਡਿੱਗਿਆ ਪਿਆ ਇਹਦੇ ਨਾਲ, ਇਹਨੂੰ ਤਾਂ ਲੈ ਗਏ ਸੀ ਇਹਦੀ ਡੈਡ ਬੋਡੀ ਨੂੰ। ਇਹ ਉਹ ਔਰਤ ਨੇ ਮੋਬਾਈਲ ਚੱਕਿਆ ਤੇ ਮੋਬਾਈਲ ਤੋਂ ਦੱਸਿਆ ਫੋਨ ਕਰਕੇ ਵੀ ਜਿਹਦਾ ਇਹ ਮੋਬਾਈਲ ਹੈ ਉਹਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਪਤਾ ਲੱਗਿਆ ਨਵੀਨ ਦਾ ਕਿ ਉਹ ਚਲਿਆ ਗਿਆ।